ਝੋਨਾ ਪੜਤਾ ਸੀ ਜੀ ਤੇ ਆ ਇੱਕ ਟੈਂਕ ਪਾਤਾ ਸੀ ਇਹਦੇ ਤੇ ਉਹ ਮਸ਼ੀਨ ਚੱਲ ਰਹੀ ਆ ਆਪਣੀ ਤੇ ਆ ਟਰੈਕਟਰ ਖੜਾ ਸੀਗਾ ਤੇ ਬਾਕੀ ਅੱਜ ਆਪਾਂ ਪੜ ਦੇਣੇ 3-2 ਕਿੱਲੇ ਪੜ ਦੇਣੇ ਅੱਜ ਆਪਾਂ ਟਰਾਲੀ ਭਰ ਜੂਗੀ ਤੇ ਉਹ ਮਸ਼ੀਨ ਚੱਲਦੀ ਸੀ ਆਪਣੀ ਵਾ ਮਤਲਬ ਹਾਂਜੀ ਤੇ ਬਾਕੀ ਆਪਣਾ ਫਾਰਮ ਹਾਊਸ ਦੇਖ ਲਓ ਆ ਰਿਹਾ ਫਾਰਮ ਹਾਊਸ ਤੇ ਤੁਹਾਨੂੰ ਇੱਕ ਟੈਂਕ ਤਾਂ ਪਾਤਾ ਸੀਗਾ ਆਪਾਂ ਟੈਂਕ ਪਾਤਾ ਸੀਗਾ ਜੀ ਤੇ ਬਾਕੀ ਨਾ ਪੜਤਾ ਜੀ ਹੁਣ ਆਪਾਂ ਫਾਰਮ ਹਾਊਸ ਦੇ ਅੰਦਰ ਆ ਗਏ ਸੀਗੇ ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਫਾਰਮ ਹਾਊਸ ਅੰਦਰੋਂ ਕਿੱਦਾਂ ਦਾ ਫਾਰਮ ਹਾਊਸ ਹੈ ਅਤੇ ਏਸੀ ਊਸੀ ਲੱਗਿਆ ਹੋਇਆ ਸੀ ਵੱਡਾ ਸ਼ੈੱਡ ਅੱਜ ਆਪਣੇ ਮਸ਼ੀਨ ਚੱਲਦੀ ਸੀਗੀ ਆਪਾਂ ਵਾਢੀ ਦੇਣਾ ਸਾਰਾ ਅਤੇ ਆਪਣੇ ਮਸ਼ੀਨ ਚੱਲਦੀ ਸੀਗੀ ਅੱਜ ਆਪਾਂ ਵਾਢੀ ਦੇਣਾ ਸਾਰਾ ਅਤੇ ਬਾਕੀ ਹੁਣ ਆਪਾਂ ਪੱਲੀ ਲੈਣ ਆਏ ਸੀਗੇ ਹੁਣ ਆਪਾਂ ਪੱਲੀਆਂ ਲੈਣ ਆਏ ਸੀਗੇ ਪੱਲੀਆਂ ਲੈ ਲਈਆਂ ਆਪਾਂ ਅਤੇ ਹੁਣ ਆਪਾਂ ਚੱਲੀਏ ਟਰੈਕਟਰ ਕੋਲ ਉੱਤੇ ਪੱਲੀਆਂ ਜਿਹੀਆਂ ਲਾਉਣੀਆਂ ਸੀਗੀਆਂ ਅਤੇ ਤੁਹਾਨੂੰ ਦਿਖਾਉਂਦੇ ਅੱਜ ਆਪਾਂ ਮਸ਼ੀਨ ਚੱਲਦੀ ਸੀਗੀ ਦੇਖੋ ਜੀ ਮਸ਼ੀਨ ਚੱਲਦੀ ਪਈ ਆ ਉਹ ਚੱਲਦੀ ਸੀ ਅਤੇ ਟਰੈਕਟਰ ਖੜਾ ਆਪਣਾ ਹਾਂਜੀ ਤਾਂ ਤੁਹਾਨੂੰ ਕੋਲ ਜਾ ਕੇ ਦਿਖਾਉਂਦੇ ਹਾਂ ਹੁਣ ਕੀ ਚੱਕਰ ਕੀ ਆ ਦਾਣੇ ਦੁੱਲਦੇ ਸੀਗੇ ਪਿੱਛੋਂ ਮਸ਼ੀਨ ਤਾਂ ਦੇਖੋ ਜੀ ਪੂਰੀ ਘੈਂਟ ਚੱਲਦੀ ਆ ਅਤੇ ਬਾਕੀ ਝਾੜ ਵੀ ਪੂਰਾ ਵਧੀਆ ਹੀ ਆ ਅਤੇ ਗਿੱਲ ਵੀ ਸੀਗੀ ਥੋੜ੍ਹੀ ਜਿਹੀ ਥੱਲੇ ਥੋੜ੍ਹਾ ਜਿਹਾ ਗਿੱਲਾ ਸੀਗਾ ਮਸ਼ੀਨ ਪੂਰੀ ਵਧੀਆ ਚੱਲਦੀ ਆ ਕੋਈ ਪਰਵਾਹ ਨਹੀਂ ਹੈਗੀ ਮਸ਼ੀਨ ਨੂੰ ਕੋਈ ਦਾਣਾ ਦੂਣਾ ਕੁਛ ਨਹੀਂ ਮਸ਼ੀਨ ਵਧੀਆ ਚੱਲਦੀ ਆ ਜਾਣੀ ਪੂਰੀ ਅਤੇ ਬਾਕੀ ਆਪਾਂ ਮੱਕੀ ਵੀ ਬੀਜੀ ਸੀਗੀ ਉਹ ਵਧੀਆ ਹੋ ਗਈ ਅਤੇ ਬਾਕੀ ਟਰੈਕਟਰ ਖੜ੍ਹਾ ਸਾਹਮਣੇ ਦੇਖੋ ਜੀ ਆਹ ਅਤੇ ਟਰਾਲੀ ਭਰੀ ਹੋਈ ਆ ਇਸ ਵਾਰ ਝੋਨੇ ਦੇ ਝਾੜ ਠੀਕ ਹੀ ਲੱਗਦੇ ਨੇ ਵਧੀਆ ਨੇ ਅਤੇ ਕਈਆਂ ਵਾਲੇ ਜਿਨ੍ਹਾਂ ਦੇ ਝੋਨਿਆਂ ਦਾ ਝਾੜ ਵੀ ਬੁਰਾ ਹਾਲ ਆ ਕਈਆਂ ਦਾ ਤਾਂ ਬਾਕੀ ਜਿਨ੍ਹਾਂ ਨੇ ਆਪਾਂ ਵੱਢਣ ਜਾਂਦੇ ਹਾਂ ਉਹਨਾਂ ਦਾ ਵੀ ਵਧੀਆ ਹੀ ਹੁੰਦਾ ਬਸ ਵਧੀਆ ਹੀ ਰਹੇ ਹਾਂਜੀ ਅਤੇ ਪਰ ਜੇ ਲਓ ਠੀਕ ਹੈ ਅਤੇ ਬਾਕੀ ਆਪਾਂ ਬਾਅਦ 'ਚੋਂ ਗੱਲਬਾਤ ਕਰਦੇ ਹਾਂ ਅਤੇ ਘਰ ਜਾ ਕੇ ਆਪਾਂ ਪਾਲਟੀ 'ਤੇ ਜਾਵਾਂਗੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਬਾਕੀ ਅੱਜ ਸ਼ਾਮ ਨੂੰ ਮੈਂ ਕੋਈ ਵਲੋਗ ਬਣਾਉਣਾ ਨਹੀਂ ਹੈਗਾ ਬਾਕੀ ਦੇਖਾਂਗੇ ਸਤਿ ਸ਼੍ਰੀ ਅਕਾਲ ਆਪਾਂ ਟਰੈਕਟਰ ਅੱਗੇ ਕਰਨ ਲੱਗੇ ਸੀਗੇ ਟਰੈਕਟਰ ਮੂਹਰੋਂ ਖੜ੍ਹਾ ਹੁੰਦਾ ਜਾਣੀ ਔਖਾ ਹੀ ਨਿਕਲੂ ਮੈਨੂੰ ਲੱਗਦਾ ਅਤੇ ਬਾਕੀ ਦੇਖ ਰਿਹਾ ਹੁਣ ਆਪਾਂ ਕਰਦੇ ਹਾਂ ਅੱਗੇ ਟਰੈਕਟਰ ਵਧੀਆ ਹੋ ਚੱਕ ਹੁੰਦਾ ਜਾਣੀ ਮੂਹਰੋਂ ਵਧੀਆ ਲਾ ਰਿਹਾ ਚੱਕਿਆ ਹੋਇਆ ਪੂਰਾ ਘੈਂਟ ਦਿਖਾਉਂਦੇ ਹਾਂ ਜੀ ਬਾਕੀ ਤੁਹਾਨੂੰ ਆਪਾਂ ਟਰਾਲੀ ਬਦਲਤੀ ਸੀਗੀ ਤੁਹਾਨੂੰ ਦਿਖਾਉਂਦੇ ਹਾਂ ਟਰਾਲੀ ਬਦਲਤੀ ਸੀਗੀ ਯਾਰ ਦੇਖੋ ਅਤੇ ਆਹ ਟਰੈਕਟਰ ਖੜ੍ਹਾ ਆਪਣਾ ਆਪਾਂ ਇੱਧਰਲੇ ਦੂਜੇ ਪਾਸੇ ਆ ਗਏ ਸੀਗੇ ਉਹ ਸਤਲੁਜ ਦਰਿਆ ਜੰਗਲ ਆ ਗਿਆ ਅਤੇ ਆਪਾਂ ਇੱਧਰ ਜੰਗਲ ਵਾਲੇ ਪਾਸੇ ਆ ਗਏ ਸੀਗੇ ਟਰਾਲੀ ਬਦਲਤੀ ਸੀ ਅਤੇ ਦੂਜੀ ਟਰਾਲੀ ਭਰ ਗਈ ਸੀ ਫਸ ਚੱਲੀ ਸੀਗੀ ਤਾਂ ਕਰਕੇ ਖੋਲ੍ਹਤੀ ਸੀ ਉੱਥੇ ਉਹ ਖਿੱਚ ਕੇ ਘੁਸ ਗਈ ਫਸ ਗਈ ਸੀਗੀ ਤਾਂ ਕਰਕੇ ਆਹ ਪਾ ਲਈ ਹੁਣ ਆਪਾਂ ਟਰੈਕਟਰ ਖੜ੍ਹਾ ਕੰਡ ਵੀ ਬਾਹਲੀ ਲੜਦੀ ਪਈ ਸੀਗੀ ਇੱਧਰ ਕਰਦਾ ਬਾਹਲਾ ਹਟਦਾ ਜਾਣੀ ਇੱਧਰ ਸੁੱਕਾ ਜਾ ਰਹੀ ਸੀਗਾ ਤਾਂ ਕਰਕੇ ਇੱਧਰ ਕਰਦਾ ਬਾਹਲੀ ਉੱਠਦੀ ਆ ਕੰਡ ਵੀ ਬਾਹਲੀ ਲੜਦੀ ਆ ਪਤਾ ਕੀ ਚੱਲਦਾ ਹੈਗਾ ਬਾਹਲੀ ਜ਼ਿਆਦਾ ਕੰਡ ਲੜਦੀ ਝੋਨਾ ਵੱਢਿਆ ਗਿਆ ਅਤੇ ਹੁਣ ਤੁਹਾਨੂੰ ਘਰ ਮੰਡੀ 'ਚ ਜਾ ਕੇ ਦਿਖਾਵਾਂਗੇ ਬਾਕੀ ਪਰਸੋਂ ਨੂੰ ਅਤੇ ਟਰੈਕਟਰ ਟਰੂਟਰ ਕੱਢਦੇ ਸੀਗੇ ਇੱਕ ਟਰੈਕਟਰ ਟੋਚਰ ਮਾਵੇਂਗੇ ਤੁਹਾਨੂੰ ਦਿਖਾਉਂਦੇ ਹੁਣ ਵੱਢਿਆ ਗਿਆ ਆਪਣਾ ਸਾਰਾ ਅਤੇ ਹੁਣ ਆਪਾਂ ਵਿਹਲੇ ਹੋ ਗਏ ਅਤੇ ਟਰਾਲੀ ਦੂਜੀ ਆਹ ਖੜਾਤੀ ਆਪਾਂ ਸ਼ੈੱਡ ਥੱਲੇ ਅਤੇ ਬਾਕੀ ਹੁਣ ਦੂਜੀ ਆਪਾਂ ਆਹ ਖੜਾਵਾਂਗੇ ਉਰੇ ਖੜਾ ਦੇਣੀ ਆ ਵੱਡੀ ਅਤੇ ਸ਼ੈੱਡ ਥੱਲੇ ਅੰਦਰ ਖੜਾ ਦੇਵਾਂਗੇ ਅਤੇ ਮਸ਼ੀਨ ਉਹ ਬਾਹਰ ਖੜੀ ਆ ਵਿਹਲੀ ਆਪਣੀ ਹੁਣ ਬਾਕੀ ਹੁਣ ਦੂਜੀ ਟੋਚਨ ਪਾ ਕੇ ਕੱਢਾਂਗੇ ਜੀ ਹੁਣ ਆਪਾਂ ਲੱਗੇ ਸੀਗੇ ਟਰੈਕਟਰ ਮਸ਼ੀਨ ਦਾ ਟੋਚਨ ਪਾਉਣ ਅਤੇ ਟਰਾਲੀ ਫਸ ਗਈ ਸੀਗੀ ਮਸ਼ੀਨ ਦਾ ਟੋਚਨ ਪਾਉਣ ਲੱਗਿਆ ਤੁਹਾਨੂੰ ਦਿਖਾਉਂਦੀ ਹਾਂ ਬਾਕੀ ਤਿਆਰ ਆਈ ਬਸ ਅੱਜ ਕਾਫੀ ਥੱਲੇ ਚਲੇ ਜੀ ਅਤੇ ਟਰੈਕਟਰ ਨਿਕਲਦਾ ਜਾਣਾ ਜੀ ਪਰ ਜ਼ੋਰ ਆਪਾਂ ਮਰਾਇਆ ਨਹੀਂ ਯਾਰ ਜ਼ਿਆਦਾ
ਤੇ ਕੁਦਰੋ ਚੱਲਦੀ ਸੀਗੀ ਮਸ਼ੀਨ ਤੇ ਆਪਾਂ ਇੱਧਰ ਸੋਚਣ ਪਾ ਰਹੇ ਹਾਂ ਦੇਖੋ ਜੀ ਤੇ ਟੋਜਨ ਟਾਇਟ ਹੋ ਰਿਹਾ ਥੋੜ੍ਹਾ ਜਿਹਾ ਦੇਖੋ ਜੀ ਨਿਕਲ ਗਈ ਆ ਟਰੈਕਟਰ ਲਓ ਜੀ ਟਰੈਕਟਰ ਕੱਟ ਰਿਹਾ ਸਲਿੱਪਾਂ ਪਰ ਟਰੈਕਟਰ ਨਿਕਲ ਹੀ ਗਿਆ ਉਹਦਾ ट्रैक्टर निकल गया जोर का मिला रहे संगल देखो ढीला पिया ट्रैक्टर आप ही निकल रहे पहला आप 963 का पाया सी टोचन से अज आप ट्रैक्टर आप ही निकलिया देखो जी टोचन देखो ढीला पिया टोचन और ट्राली ढानी है जी ट्राल ही है जेडे हिसाब ना फस गया लो जी ले गया कट के करती निकल गया हूँ आप जावेंगे देखो जी खर्चा टोटल बाकी हम आप लेके जा रहे हैं बाड़ी ज्यादा हद बनी है जी तो बाकी मूहे मशीन जाती है ट्रैक्टर निकल गया है औखा सौखा होकर लगता नहीं निकल जी तो बाकी मशीन ला रही है बाकी टोटल बहुत घैंट लगे जो थोड़ा वीडियो बढ़िया लगी है सबसक्राइब जरूर करो बाकी आप बहुत गलबात करते हैं जो वीडियो सब तो ज़्यादा बढ़िया लगी एंड तक जरूर देखियो।